ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਤੇ ਕਟੌਤੀ ਅਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਪ੍ਰਤੀ ਸਿਲੰਡਰ 200 ਰੁਪਏ ਦੀ ਸਬਸਿਡੀ ਦੇਣ ਦਾ ਭਰਵਾਂ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੋਰੋਨਾ ਸਮੇਂ ਦੇਸ਼ ਦੀ ਗਰੀਬ ਜਨਤਾ ਨੂੰ ਵੱਡੀ ਰਾਹਤ ਦਿੱਤੀ ਸੀ ਅਤੇ ਅੱਜ ਫਿਰ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਨਾਲ ਜਨਤਾ ਨੂੰ ਵੱਡਾ ਫਾਇਦਾ ਹੋਵੇਗਾ। ਉਹਨਾਂ ਪੰਜਾਬ ਸਰਕਾਰ ਨੂੰ ਵੀ ਇਸੇ ਤਰ੍ਹਾਂ ਤੇ ਪੈਟਰੋਲੀਅਮ ਵਸਤਾਂ ਤੇ ਵੈਟ ਘਟਾਉਣ ਦੀ ਮੰਗ ਕੀਤੀ ਹੈ। ਉਸ ਸਮਾਂ ਜਦੋਂ ਵਿਸ਼ਵ ਦੇ ਅੰਦਰ ਕੋਰੋਨਾ ਦੀ ਮਹਾਮਾਰੀ ਚੱਲਦੀ ਹੋਵੇ ਔਰ ਉਹਦੇ ਕਾਰਨ ਵਿਸ਼ਵ ਦੀਆਂ ਆਰਥਿਕ ਵਿਵਸਥਾਵਾਂ ਕਮਜ਼ੋਰ ਹੋਈਆਂ, ਚਰਮ ਰਾਈਆਂ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ 200 ਕਰੋੜ ਇੰਜੈਕਸ਼ਨ ਵੈਕਸੀਨੇਸ਼ਨ ਦੇ ਫ੍ਰੀ ਲਗਾਏ, 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਪਿਛਲੇ 2.5 ਸਾਲ ਤੋਂ ਦਿੱਤਾ ਜਾ ਰਿਹਾ। ਉਸੇ ਤਰ੍ਹਾਂ ਅੱਜ ਉਹਨਾਂ ਨੇ ਫਿਰ ਇੱਕ ਬਹੁਤ ਵੱਡਾ ਕਦਮ, ਇਸ ਤੋਂ ਪਹਿਲੇ ਵੀ ਪੈਟਰੋਲ ਡੀਜ਼ਲ ਔਰ ਰਸੋਈ ਗੈਸ ਦੇ ਰੇਟ ਘਟਾਏ ਸੀ, ਅੱਜ ਇੱਕ ਬਹੁਤ ਵੱਡਾ ਕਦਮ ਉਹਨਾਂ ਨੇ 9.5 ਰੁਪਏ ਪੈਟਰੋਲ, 7.5 ਰੁਪਏ ਡੀਜ਼ਲ ਔਰ 200 ਰੁਪਏ ਰਸੋਈ ਗੈਸ ਦੇ ਦਾਮ ਨੂੰ ਘਟਾ ਕੇ ਦੇਸ਼ ਦੀ ਜਨਤਾ ਨੂੰ ਇੱਕ ਰਾਹਤ ਦਿੱਤੀ ਹੈ, ਕਿਉਂਕਿ ਇਹ ਸਾਰੇ ਪਦਾਰਥ ਵਿਦੇਸ਼ਾਂ ਤੋਂ ਆਉਂਦੇ ਔਰ ਵਿਦੇਸ਼ਾਂ ਦੇ ਅੰਦਰ ਰੂਸ ਯੂਕਰੇਨ ਦੇ ਝਗੜੇ ਦੇ ਬਾਅਦ ਵੀ ਜਿਹੜੀ ਇਹ ਮਹਿੰਗਾਈ ਹੋਈ ਉਹ 'ਤੇ ਇੱਕ ਬਹੁਤ ਵੱਡੀ ਚੋਟ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤੀ ਹੈ। ਮੈਂ ਬੇਨਤੀ ਕਰਨਾ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਿ ਘੱਟ ਤੋਂ ਘੱਟ 10 ਰੁਪਏ ਡੀਜ਼ਲ, 10 ਰੁਪਏ ਪੈਟਰੋਲ ਔਰ 200 ਰੁਪਏ ਰਸੋਈ ਗੈਸ ਦੀ ਵੈਟ ਤੁਰੰਤ ਘਟਾਉਣ ਤਾਂ ਕਿ ਪੰਜਾਬ ਦੀ ਜਨਤਾ ਨੂੰ ਇਹ ਰਾਹਤ ਡਬਲ ਰੂਪ 'ਚ ਮਿਲ ਸਕੇ। ਜਿਸ ਤਰ੍ਹਾਂ ਕਿ ਪਿਛਲੀ ਵਾਰੀ ਵੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਰੇਟ ਘਟਾਏ ਸੀ ਅਤੇ ਦੇਸ਼ ਦੀਆਂ ਕਈ ਸਰਕਾਰਾਂ ਨੇ ਪੈਟਰੋਲ ਡੀਜ਼ਲ ਦੇ ਭਾਅ ਨਹੀਂ ਸੀ ਘਟਾਏ। ਮੈਂ ਬੇਨਤੀ ਕਰਨਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿੱਡਾ ਵੱਡਾ ਕਦਮ ਚੁੱਕਿਆ, ਇੱਕ ਵੱਡੀ ਰਾਹਤ ਦਿੱਤੀ ਹੈ, ਉਹ ਵੀ ਪੰਜਾਬ ਦੀ ਜਨਤਾ ਨੂੰ ਹੁਣੇ ਹੀ ਵੈਟ ਘਟਾ ਕੇ ਰਾਹਤ ਦੇਣ ਔਰ ਮੇਰੀ ਅਪੀਲ ਨੂੰ ਸਵੀਕਾਰ ਕਰਨ।